हाँ जी भी किदा सारे अज की अपनी वीडियो हैगी है स्वराज 744 ते इहदी आपां कंप्लीट वायरिंग करांगे ते नाल नाल तुहानू वीडियो विच विखावांगे इहदी वायरिंग आ तुसीं वेख सकदे इहदियां सारियां तारां लथियां पईआं ने ते हैडलाइटां इहदियां बिल्कुल नहीं सी चलदियां पईआं हुण आपां इहदी कंप्लीट वायरिंग करांगे ते बिल्कुल ओरिजिनल तरीके नाल वायरिंग करांगे आपां इहदी किते भी तुहानू फालतू तार नहीं नज़र आवेगी एक आपां इहनू आ रिले लावांगे हैडलाइटां दी रिले आ इह स्पार्क मिंडा दी रिले लावांगे आपां इहदे विच वैसे तां कनैक्शन दस्से गए हुंदे ने कि किवें किवें करने आ ते आपां फिर भी इहदे ते एक अलग तों वीडियो बना दांगे जिहदे विच आपां दस्सांगे कि हैडलाइट रिले दे कनैक्शन किवें करने आ आ तुसीं वेख सकदे हो इहदे विच कनैक्शन दस्से गए हुंदे ने ते कईआं वीरां दा कहना वा कि ਇਹ ਰਲੇ ਲਾਇਆ ਲਾਈਟ ਵੱਧ ਜਾਂਦੀ ਹੈ ਇੱਦਾਂ ਦਾ ਵੀਰ ਕੋਈ ਚੱਕਰ ਨਹੀਂ ਹੈਗਾ ਰਲੇ ਲਾਇਆ ਲਾਈਟ ਨਹੀਂ ਵੱਧਦੀ ਇਹ ਬਸ ਆਪਣੀ ਵਾਇਰਿੰਗ ਨੂੰ ਬਚਾਉਂਦੀ ਆ ਇਹ ਵਾਇਰਿੰਗ ਨੂੰ ਆਪਣੀ ਨੂੰ ਹੀਟ ਨਹੀਂ ਹੋਣ ਦਿੰਦੀ ਬਿਲਕੁਲ ਵੀ ਚਾਹੇ ਆਪਾਂ ਕਿੰਨੀਆਂ ਵੱਡੀਆਂ ਟਿਊਬਾਂ ਪਾ ਲਈਏ ਲਾਈਟਾਂ ਵਿੱਚ ਕਿਉਂਕਿ ਇਹ ਜਿਹੜੀਆਂ ਲਾਈਟਾਂ ਨੂੰ ਸਿੱਧਾ ਬੈਟਰੀ ਤੋਂ ਕਨੈਕਟ ਕਰ ਦਿੰਦੀ ਆ ਆਪਾਂ ਰਲੇ ਲਾ ਦਿੱਤੀ ਆ ਅਤੇ ਹੈੱਡ ਲਾਈਟਾਂ ਦੀ ਵਾਇਰਿੰਗ ਆਪਾਂ ਕੰਪਲੀਟ ਕਰ ਦਿੱਤੀ ਆ ਤੁਸੀਂ ਵਾਇਰਿੰਗ ਵੇਖ ਸਕਦੇ ਹੋ ਕਿਤੇ ਵੀ ਤੁਹਾਨੂੰ ਕੋਈ ਵੀ ਫਾਲਤੂ ਤਾਰ ਨਹੀਂ ਨਜ਼ਰ ਆਵੇਗੀ ਬਿਲਕੁਲ ਵਧੀਆ ਤਰੀਕੇ ਨਾਲ ਆਪਾਂ ਵਾਇਰਿੰਗ ਕਰਾਂਗੇ ਇਹਦੀ ਹੁਣ ਆਪਾਂ ਇਹਦੀ ਪਿੱਛੇ ਦੀ ਬਾਕੀ ਵਾਇਰਿੰਗ ਕੰਪਲੀਟ ਕਰਾਂਗੇ ਆਹ ਤੁਹਾਨੂੰ ਜਿਹੜੀਆਂ ਇੱਥੇ ਵੀ ਇਹ ਤਾਰਾਂ ਨਜ਼ਰ ਆ ਰਹੀਆਂ ਕਾਫੀ ਇਹ ਵੀ ਆਪਾਂ ਐਨ ਵਧੀਆ ਤਰੀਕੇ ਨਾਲ ਕਰਾਂਗੇ ਇੱਕ ਇਹਦਾ ਤੇਲ ਵਾਲਾ ਮੀਟਰ ਨਹੀਂ ਚੱਲਦਾ ਪਿਆ ਇਹ ਚਲਾਵਾਂਗੇ ਆਪਾਂ ਹੁਣ ਆਪਾਂ ਰਿੰਮਾਂ ਵਿੱਚ ਲਾਈਟਾਂ ਲਾਵਾਂਗੇ ਇਹਦੇ ਤੁਸੀਂ ਕਾਫੀ ਵੀਰਾਂ ਦੇ ਲੱਗੀਆਂ ਵੇਖੀਆਂ ਹੋਣਗੀਆਂ ਗੱਡੀਆਂ ਦੇ ਰਿੰਮਾਂ 'ਚ ਵੀ ਕਈਆਂ ਵੀਰਾਂ ਨੇ ਇਹ ਲਾਈਟਾਂ ਲਵਾਈਆਂ ਹੁੰਦੀਆਂ ਨੇ ਸੇਮ ਉਹੀ ਲਾਈਟਾਂ ਨੇ ਇਹ ਵੀ ਅਤੇ ਇਹ ਤੁਹਾਨੂੰ ਆਪਾਂ ਚਲਾ ਕੇ ਵਿਖਾਉਂਦੇ ਹਾਂ ਇਹਦੇ ਵਿੱਚ ਤਿੰਨ ਤਾਰਾਂ ਦਿੱਤੀਆਂ ਗਈਆਂ ਹੁੰਦੀਆਂ ਨੇ ਜਿਹੜੀ ਕਾਲੀ ਤਾਰ ਆ ਉਹ ਆਪਣੀ ਅਰਥ ਨੂੰ ਜਾਏਗੀ ਅਤੇ ਜਿਹੜੀ ਦੂਸਰੀ ਹੈ ਉਹ ਇੱਕ ਤਾਂ ਵਾਈਟ ਪੁਆਇੰਟ ਜਾਗੇਗਾ ਅਤੇ ਇੱਕ ਤਾਂ ਜੈਲੋ ਪੁਆਇੰਟ ਜਾਗੇਗਾ ਤੁਸੀਂ ਵੇਖ ਸਕਦੇ ਹੋ ਜਿਹੜੀ ਕਾਲੀ ਤਾਰ ਆ ਉਹ ਅਰਥ ਨੂੰ ਲੱਗੇਗੀ ਅਤੇ ਲਾਲ ਤਾਰ 'ਤੇ ਆਪਣਾ ਚਿੱਟਾ ਪੁਆਇੰਟ ਚੱਲੂਗਾ ਅਤੇ ਜਿਹੜੀ ਖੱਟੀ ਤਾਰ ਆ ਉਹਦੇ 'ਤੇ ਆਪਣਾ ਖੱਟਾ ਪੁਆਇੰਟ ਚੱਲੂਗਾ ਵੇਖ ਸਕਦੇ ਹੋ ਤੁਸੀਂ ਹੁਣ ਆਪਾਂ ਇਹਦੇ ਇੰਡੀਕੇਟਰਾਂ ਦੀ ਵਾਇਰਿੰਗ ਕਰਾਂਗੇ ਕਿਉਂਕਿ ਜਿਹੜੀ ਪਹਿਲੀ ਵਾਇਰਿੰਗ ਸੀ ਉਹ ਬਿਲਕੁਲ ਜੁੜ ਚੁੱਕੀ ਆ ਖਰਾਬ ਹੋ ਚੁੱਕੀ ਆ ਅਤੇ ਇਹ ਜਿਹੜੀ ਆਪਾਂ ਵਾਇਰਿੰਗ ਆ ਇਹ ਬਿਲਕੁਲ ਓਰੀਜਨਲ ਤਰੀਕੇ ਨਾਲ ਕਰਾਂਗੇ ਜਿਵੇਂ ਪਹਿਲਾਂ ਓਰੀਜਨਲ ਹੀ ਵਾਇਰਿੰਗ ਸੇਮ ਉਵੇਂ ਹੀ ਕਰਾਂਗੇ ਅਤੇ ਇਹ ਜਿਹੜੀ ਬਾਜ਼ਾਰ 'ਚੋਂ ਸਾਨੂੰ ਇਹਦੀ ਵਾਇਰਿੰਗ ਮਿਲਦੀ ਆ ਉਹਦੇ ਨਾਲੋਂ ਕਿਤੇ ਵਧੀਆ ਵਾਇਰਿੰਗ ਆ ਇਹ ਕਿਉਂਕਿ ਇਹਦੇ ਵਿੱਚ ਆਪਾਂ ਤਾਰ ਆ ਜਿਹੜੀ ਉਹ ਵਧੀਆ ਕੁਆਲਿਟੀ ਦੀ ਪਾ ਲੈਂਦੇ ਹਾਂ ਪੂਰੇ ਆਪਾਂ ਥਿੰਬਲ ਲਾ ਕੇ ਇਹਦੀ ਵਾਇਰਿੰਗ ਕਰਾਂਗੇ ਤਾਂ ਜੋ ਕੱਲ੍ਹ ਨੂੰ ਸਾਨੂੰ ਉਤਾਰਨੀ ਵੀ ਪਵੇ ਵਾਇਰਿੰਗ ਅਤੇ ਆਪਾਂ ਸੌਖੇ ਤਰੀਕੇ ਨਾਲ ਉਤਾਰ ਸਕੀਏ ਕੋਈ ਜੋੜ ਨਹੀਂ ਕਰਾਂਗੇ ਅਤੇ ਇੱਕ ਇਹਦੇ 'ਚ ਫਾਲਤੂ ਦੀਆਂ ਤਾਰਾਂ ਨਹੀਂ ਹੁੰਦੀਆਂ ਆ ਵੇਖ ਸਕਦੇ ਹੋ ਤੁਸੀਂ ਵਾਇਰਿੰਗ ਇਹਦੀ ਬਿਲਕੁਲ ਵਧੀਆ ਤਰੀਕੇ ਨਾਲ ਓਰੀਜਨਲ ਤਰੀਕੇ ਨਾਲ ਵਾਇਰਿੰਗ ਕੀਤੀ ਇਹਦੀ ਆਪਾਂ ਕੋਈ ਤੁਹਾਨੂੰ ਫਾਲਤੂ ਤਾਰ ਨਹੀਂ ਨਜ਼ਰ ਆਵੇਗੀ ਦੂਸਰੀ ਸਾਈਡ ਤੋਂ ਵੀ ਤੁਹਾਨੂੰ ਇਹਦੀ ਵਾਇਰਿੰਗ ਵਿਖਾਉਂਦੇ ਆਪਾਂ ਆ ਵੇਖ ਸਕਦੇ ਹੋ ਇਸ ਤਰ੍ਹਾਂ ਹੀ ਇਹ ਥਿੰਬਲਾਂ ਲੱਥ ਕੇ ਵਾਇਰਿੰਗ ਲੱਥ ਜਾਏਗੀ ਕੱਲ੍ਹ ਨੂੰ ਸਾਨੂੰ ਅਸੀਂ ਟਰੈਕਟਰ ਰਿਪੇਅਰ ਕਰਾਉਣਾ ਹੋਵੇ ਤਾਂ ਉਹ ਵੀ ਆਸਾਨੀ ਨਾਲ ਹੋ ਜੂਗਾ ਵੇਖ ਸਕਦੇ ਹੋ ਵਾਇਰਿੰਗ ਬਿਲਕੁਲ ਓਰੀਜਨਲ ਤਰੀਕੇ ਨਾਲ ਵਾਇਰਿੰਗ ਕੀਤੀ ਆਪਾਂ ਇਹਦੀ ਇੱਕ ਆਪਾਂ ਇਹਦੇ ਅੱਗੇ ਆ ਬਾਰ ਲਾਈਟ ਲਾਵਾਂਗੇ ਅਤੇ ਬੈਕ ਸਾਈਡ 'ਤੇ ਆਪਾਂ ਇਹਦੇ ਦੋ ਲਾਈਟਾਂ ਲਾਵਾਂਗੇ ਇੱਕ ਤਾਂ ਮੇਨ ਜਿਹੜੀ ਬੈਕ ਲਾਈਟ ਹੁੰਦੀ ਆ ਉਹ ਲਾਵਾਂਗੇ ਆਪਾਂ
ਤੇ ਇੱਕ ਹੀ ਆਪਾਂ LED ਲਾਈਟ ਲਾਵਾਂਗੇ ਇਹਨੂੰ। ਲਓ ਜੀ ਆਪਣੀ ਵਾਇਰਿੰਗ ਪੂਰੀ ਕੰਪਲੀਟ ਹੋ ਚੁੱਕੀ ਆ, ਦੇਖ ਸਕਦੇ ਹੋ ਤੁਸੀਂ, ਤੁਹਾਨੂੰ ਕਿਤੇ ਵੀ ਕੋਈ ਫਾਲਤੂ ਤਾਰ ਨਹੀਂ ਨਜ਼ਰ ਆਵੇਗੀ। ਅਤੇ ਇੰਡੀਕੇਟਰ ਆ ਜਿਹੜੇ ਉਹਨਾਂ ਦੇ ਹੋਲਡਰ ਖਰਾਬ ਸੀ, ਉਹ ਆਪਾਂ ਹੋਲਡਰ ਰਿਪੇਅਰ ਕਰਕੇ ਪਾਵਾਂਗੇ ਜਾਂ ਫਿਰ ਨਵੇਂ ਲੈ ਕੇ ਪਾਵਾਂਗੇ। ਅਤੇ ਬਾਕੀ ਵਾਇਰਿੰਗ ਆਪਣੀ ਪੂਰੀ ਕੰਪਲੀਟ ਹੋ ਚੁੱਕੀ ਆ, ਦੇਖ ਸਕਦੇ ਹੋ ਬੈਕ ਸਾਈਡ 'ਤੇ ਦੋ ਲਾਈਟਾਂ ਲਾਈਆਂ ਆਪਾਂ, ਇੱਕ LED ਅਤੇ ਇੱਕ ਸਿੰਪਲ। ਹੁਣ ਆਪਾਂ ਇਹਦੇ 'ਤੇ ਮਿਊਜ਼ਿਕ ਸਿਸਟਮ ਫਿੱਟ ਕੀਤਾ ਹੈ, ਜਾਂ ਰਿਮਾਂ ਵਾਲੀਆਂ ਲਾਈਟਾਂ ਵੀ ਵੇਖ ਸਕਦੇ ਹੋ ਤੁਸੀਂ। ਫਰੰਟ ਹੈਡ ਲਾਈਟਾਂ ਵੀ ਐਨ ਵਧੀਆ ਚੱਲਦੀਆਂ ਪਈਆਂ ਨੇ ਹੁਣ। ਕਮੈਂਟਾਂ ਵਿੱਚ ਦੱਸਿਓ ਤੁਹਾਨੂੰ ਸਾਡਾ ਕੰਮ ਕਿਵੇਂ ਦਾ ਲੱਗਾ। ਇੱਦਾਂ ਦੀਆਂ ਹੋਰ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਆਲ 'ਤੇ ਕਰ ਲਓ। ਜੇ ਕਿਸੇ ਵੀਰ ਨੇ ਟਰੈਕਟਰ ਦਾ ਕੋਈ ਵੀ ਮੋਡੀਫਿਕੇਸ਼ਨ ਦਾ ਕੰਮ ਜਾਂ ਵਾਇਰਿੰਗ ਦਾ ਕੰਮ ਕਰਵਾਉਣਾ ਹੋਵੇ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਆ। ਕਮੈਂਟਾਂ ਵਿੱਚ ਦੱਸਿਓ ਤੁਹਾਨੂੰ ਸਾਡਾ ਕੰਮ ਕਿਵੇਂ ਦਾ ਲੱਗਾ। ਸਾਰੇ ਵੀਰਾਂ ਦਾ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ।